ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਅਸੀਂ ਇੱਕ ਬਜ਼ੁਰਗ ਨੂੰ ਖੰਨੇ ਤੋਂ ਲੈਣ ਆਏ ਹਾਂ ਜੀ। ਖੰਨਾ ਹੋਸਪਿਟਲ ਦੇ ਵਿੱਚ ਬਜ਼ੁਰਗ ਦਾਖਲ ਸੀਗੇ ਜੀ, ਦੋ ਦਿਨਾਂ ਤੋਂ ਤਿੰਨ ਦਿਨਾਂ ਤੋਂ ਦਾਖਲ ਹੈ ਜੀ। ਇਹ ਦੋ ਦਿਨ ਤੋਂ ਪਹਿਲਾਂ 5 ਦਿਨ ਤੋਂ ਇਹ ਇੱਕ ਪੁਲ ਦੇ ਥੱਲੇ ਪਏ ਸੀ। ਇਸ ਉਸ ਏਰੀਏ ਦੇ ਵਿੱਚ ਖੰਨੇ ਸ਼ਹਿਰ ਦੇ ਵਿੱਚ ਮਾਲੀ ਦਾ ਕੰਮ ਕਰਦੇ ਸੀ ਇਹ ਜੀ, ਅਤੇ ਇਹਨਾਂ ਦਾ ਕੋਈ ਵੀ ਵਾਰਸ ਨਹੀਂ ਸੀਗਾ। ਉਹਦੇ ਵਿੱਚ ਹੋਸਪਿਟਲ ਦੇ ਮਗਰ ਵਿੱਚ ਸੋਰੀ ਪੁਲ ਦੇ ਥੱਲੇ ਪਏ ਸੀ ਇਹ। ਉੱਥੋਂ ਇੱਕ ਬੰਦਾ ਇਹਨਾਂ ਨੂੰ ਵੀਰ ਸਾਡਾ ਦੇਖ ਕੇ ਉਹਨੇ ਪੁਣ ਦਾ ਕੰਮ ਕੀਤਾ, ਉਹਨੂੰ ਸਿਵਲ ਹਸਪਤਾਲ 'ਚ ਛੱਡ ਗਿਆ ਜੀ, ਦਾਖਲ ਕਰਾ ਗਿਆ। ਪਰ ਸਿਵਲ ਹਸਪਤਾਲ ਦੇ ਵਿੱਚ 3 ਦਿਨਾਂ ਤੋਂ ਐਡਮਿਟ ਸੀਗੇ ਜੀ। ਇਹਨਾਂ ਦਾ ਕੋਈ ਟ੍ਰੀਟਮੈਂਟ ਨਹੀਂ ਹੋਇਆ, ਕੋਈ ਐਕਸਰੇ ਨਹੀਂ, ਕੋਈ ਚੈੱਕਅਪ ਨਹੀਂ, ਕੋਈ ਬਲੱਡ ਦੀ ਰਿਪੋਰਟ ਨਹੀਂ ਲਈ ਸੀਗੀ ਜੀ। ਅਤੇ ਇੱਕ ਕੁੜੀ ਹੈ ਜੀ, ਉੱਥੇ ਉਹ ਟ੍ਰੇਨਿੰਗ ਕਰ ਰਹੀ ਸੀ, ਵਿਚਾਰੀ ਸਟੂਡੈਂਟ ਆ। ਉਹਨੇ ਸਾਨੂੰ ਫੋਨ ਕੀਤਾ ਕੱਲ੍ਹ ਵੀ ਕਿੱਦਾਂ ਕਰਕੇ ਬਜ਼ੁਰਗ ਇੱਕ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਖੰਨੇ ਹਸਪਤਾਲ 'ਚ ਪਿਆ, ਵੀ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ। ਅਤੇ ਸਾਨੂੰ ਉਹਨਾਂ ਨੇ ਸਨੈਪਸ ਵੀ ਭੇਜੇ, ਅੱਜ ਅਸੀਂ ਇਹਨਾਂ ਨੂੰ ਬਾਬਾ ਜੀ ਨੂੰ ਲੈਣ ਆਏ ਹਾਂ, ਜੋ ਕਿ ਤੁਸੀਂ ਇਹਦੀ ਹਾਲਤ ਬਾਬਾ ਜੀ ਦੇਖ ਹੀ ਸਕਦੇ ਹੋ। ਲੈਟਰਿਨ ਬਾਥਰੂਮ ਸਾਰਾ ਕੁਝ ਵਿੱਚ ਹੀ ਬਾਬਾ ਜੀ ਨੇ ਕੀਤਾ ਹੋਇਆ ਵਾ, ਅਤੇ ਬਹੁਤ ਹੀ ਮਾੜੀ ਹਾਲਤ 'ਚ, ਇਹਨਾਂ ਤੋਂ ਬੋਲ ਨਹੀਂ ਹੋ ਰਿਹਾ, ਬੜਾ ਔਖਾ ਬਾਬਾ ਜੀ ਨੂੰ ਸਹਾ ਰਿਹਾ ਜੀ। ਅਤੇ ਅਸੀਂ ਇਹਨਾਂ ਨੂੰ ਲੈ ਕੇ ਜਾ ਰਹੇ ਹਾਂ ਜੀ ਹੋਸਪਿਟਲ, ਅਤੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਜੇ ਇਹਨਾਂ 'ਤੇ ਹੋ ਗਈ ਤਾਂ ਇਹ ਜ਼ਰੂਰ ਠੀਕ ਹੋ ਜਾਣਗੇ। ਅਤੇ ਉਸ ਗੁਰੂ ਨਾਨਕ ਪਾਤਸ਼ਾਹ ਮੂਹਰੇ ਅਸੀਂ ਵੀ ਅਰਦਾਸ ਕਰਦੇ ਹਾਂ, ਵੀਰੋ ਤੁਸੀਂ ਵੀ ਸਾਰੇ ਵੀਰ ਰਲ ਕੇ ਅਰਦਾਸ ਕਰੋ ਵੀ ਇਸ ਬਜ਼ੁਰਗ ਦਾ ਜਿਹੜਾ ਹਜੇ ਤੱਕ ਸਾਨੂੰ ਨਾਮ ਵੀ ਨਹੀਂ ਪਤਾ ਕੀ ਆ, ਵੀ ਇਹ ਠੀਕ ਹੋ ਜਾਣ ਅਤੇ ਆਪਦੀ ਜ਼ਿੰਦਗੀ ਦੇ ਵਿੱਚ ਜਿੰਨੇ ਇਹਨਾਂ ਦੇ ਜ਼ਿੰਦਗੀ ਦੇ ਦਿਨ ਬਚੇ ਆ ਬਾਕੀ ਸੁਖੀ ਬਤੀਤ ਕਰ ਸਕਣ। ਅਸੀਂ ਆਪਦੀ ਸੰਸਥਾ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਗੁਰੂ ਮਹਾਰਾਜ ਇਹਨਾਂ ਦੇ ਭਲੇ ਕਰਨ, ਪਰ ਜੇ ਅਸੀਂ ਇਹਨਾਂ ਨੂੰ ਠੀਕ ਕਰਾਉਣ ਲਈ ਇਹਨਾਂ ਨੂੰ ਵੱਡੇ ਹੋਸਪਿਟਲ 'ਚ ਕਿਸੇ 'ਚ ਐਡਮਿਟ ਕਰਵਾਵਾਂਗੇ, ਪਹਿਲਾਂ ਤਾਂ ਅਸੀਂ ਸੰਸਥਾ 'ਤੇ ਲੈ ਕੇ ਜਾ ਰਹੇ ਹਾਂ ਜੀ। ਉੱਥੇ ਇੱਕ ਵਾਰੀ ਉਹਨਾਂ ਦਾ ਇਸ਼ਨਾਨ ਕਰਾ ਕੇ ਕੱਪੜੇ ਬਦਲ ਕੇ ਲੈ ਕੇ ਜਾਵਾਂਗੇ, ਕਿਉਂਕਿ ਬਹੁਤ ਹੀ ਜ਼ਿਆਦਾ ਮਾੜੀ ਹਾਲਾਤ ਨੇ। ਅੱਜ ਤੁਸੀਂ ਦੇਖ ਸਕਦੇ ਹੋ, ਦੇਖੋ ਕਿਵੇਂ ਹੋਸਪਿਟਲ ਦੇ ਵਿੱਚ ਦਾਖਲ ਦੀ ਸਰਕਾਰੀ ਹਸਪਤਾਲ 'ਚ ਬਲੱਡ ਦੇ ਨਾਲ ਕਿੱਦਾਂ ਲਿਬੜਿਆ ਹੋਇਆ ਬਜ਼ੁਰਗ, ਅਤੇ ਇਹਦਾ ਕੋਈ ਐਕਸਰੇ ਨਹੀਂ ਹੋਇਆ, ਕੋਈ ਟੈਸਟ ਨਹੀਂ ਹੋਇਆ, ਕੋਈ ਰਿਪੋਰਟ ਨਹੀਂ ਸਾਨੂੰ ਮਿਲੀ ਉੱਥੋਂ। ਅਸੀਂ ਉੱਥੋਂ ਲੈ ਕੇ ਵੀ ਆਏ ਹਾਂ, ਪੈਸ ਤਰੀਕਿਆਂ ਨੂੰ ਲੈ ਕੇ ਆਏ, ਕਿਸੇ ਨੇ ਸਾਨੂੰ ਕਿਹਾ ਨਹੀਂ ਵੀ ਲੈ ਕੇ ਜਾਣ ਨੂੰ ਵੀ ਆਏ ਹੋ। ਸਾਨੂੰ ਕੁੜੀ ਨੇ ਵਿਚਾਰੀ ਨੇ ਡਿਊਟੀ ਕਰਦੀ ਸੀ, ਉਹਨੇ ਕਿਹਾ ਲਿਬਾਸਾ ਮੰਗੂ ਪਏ ਸੀ ਉੱਥੇ, ਕਿਸੇ ਵਾਰਡ 'ਚ ਨਹੀਂ ਸੀਗੇ, ਇੱਕ ਕਿਸਮ ਦਾ ਸਾਈਡ 'ਤੇ ਮੰਜਾ ਲਾ ਕੇ ਇਹਨਾਂ ਨੂੰ ਪਾਇਆ ਹੋਇਆ ਸੀਗਾ। ਬਹੁਤ ਹੀ ਮਾੜੀ ਹਾਲਤ ਸੀ ਵੀਰ ਜੀ, ਇਹੋ ਜਿਹੇ ਵੀਰਾਂ ਦੀ ਮਦਦ ਕਰਨ ਦੇ ਲਈ ਸਾਹਮਣੇ ਆਓ ਵੀਰੋ। ਜੇ ਤੁਹਾਨੂੰ ਤੁਹਾਡੇ ਏਰੀਏ 'ਚ ਕਿਤੇ ਵੀ ਕੋਈ ਇੱਦਾਂ ਦਾ ਬੰਦਾ ਮਿਲਦਾ ਵਾ ਤਾਂ ਉਹਨੂੰ ਜ਼ਰੂਰ ਉਹਦੀ ਮਦਦ ਕਰੋ, ਉਹਦਾ ਇਲਾਜ ਕਰਵਾਓ, ਉਹਨੂੰ ਸਹੀ ਜ਼ਿੰਦਗੀ ਜਿਉਣ ਦਾ ਕਾਬਲ ਕਰੋ। ਜਿੰਨਾ ਤੁਸੀਂ ਆਪਦੀ ਜ਼ਿੰਦਗੀ 'ਚੋਂ ਟਾਈਮ ਕੱਢ ਸਕਦੇ ਹੋ ਤਾਂ ਜ਼ਰੂਰ ਮਨੁੱਖਤਾ ਦੀ ਸੇਵਾ ਲਈ ਕੱਢੋ ਵੀਰੇ। ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਬਾਈ ਜੀ, ਇਸ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।